ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਆਖਿਰ ਕਿਉਂ ਪੈ ਯਾਰੀਆਂ 'ਚ ਫਿੱਕ? ਕਰਨ ਔਜਲਾ, ਦੀਪ ਜੰਡੂ ਅਤੇ ਐਲੀਮੈਂਟ ਅਤੇ ਸਿੱਧੂ ਮੂਸੇਵਾਲਾ, ਉਹ ਗਰੁੱਪ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗਾਣੇ ਦੇ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਹਿਲਾ ਕੇ ਰੱਖ ਦਿੱਤੀ। ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਦੇ ਫੈਨ ਵੀਡੀਓ ਚੱਲਦੀ ਚੱਲਦੀ ਨੂੰ ਲਾਈਕ ਕਰਨ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣ। ਕਰਨ ਔਜਲਾ, ਦੀਪ ਜੰਡੂ ਅਤੇ ਐਲੀਮੈਂਟ, ਇਹਨਾਂ ਇਕੱਠਿਆਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਮਾਰੀ ਅਤੇ ਇਹਨਾਂ ਤੋਂ ਬਾਅਦ ਹੀ ਐਂਟਰੀ ਹੋਈ ਸਿੱਧੂ ਮੂਸੇਵਾਲੇ ਦੀ। ਸਿੱਧੂ ਮੂਸੇਵਾਲੇ ਦੀ ਜਾਣ ਪਛਾਣ ਸਿਰਫ ਐਲੀਮੈਂਟ ਦੇ ਨਾਲ ਹੀ ਸੀ। ਐਲੀਮੈਂਟ ਨੇ ਸਿੱਧੂ ਮੂਸੇਵਾਲੇ ਦੇ ਕਾਫ਼ੀ ਗੀਤ ਕੀਤੇ ਜੋ ਕਿ ਕਾਫ਼ੀ ਹਿੱਟ ਰਹੇ। ਹਿੱਟ ਗੀਤਾਂ ਤੋਂ ਬਾਅਦ ਹੀ ਐਲੀਮੈਂਟ ਨੇ ਕਰਨ ਔਜਲਾ ਅਤੇ ਦੀਪ ਜੰਡੂ ਨੂੰ ਸਿੱਧੂ ਮੂਸੇਵਾਲੇ ਦੇ ਨਾਲ ਮਿਲਾਇਆ। ਸਿੱਧੂ ਮੂਸੇਵਾਲੇ ਨੇ ਹੀ ਦੀਪ ਜੰਡੂ ਨੂੰ ਗਾਣਾ ਫ੍ਰੀ ਵਿੱਚ ਦੇ ਦਿੱਤਾ, ਆ ਗਿਆ ਨੇ ਉਹੀ ਬਿਲੋ ਟਾਈਮ, ਜੋ ਕਿ ਕਾਫ਼ੀ ਜ਼ਿਆਦਾ ਹਿੱਟ ਹੋਇਆ। ਇਸ ਗਾਣੇ ਦੇ ਬਦਲੇ ਹੀ ਦੀਪ ਜੰਡੂ ਨੇ ਜੀ ਵੈਗਨ ਗਾਣਾ ਫ੍ਰੀ ਵਿੱਚ ਹੀ ਤਿਆਰ ਕੀਤਾ। ਜੋ ਕਿ ਕਾਫ਼ੀ ਜ਼ਿਆਦਾ ਹਿੱਟ ਰਿਹਾ। ਇਸੇ ਤਰ੍ਹਾਂ ਦੀਪ ਜੰਡੂ, ਕਰਨ ਔਜਲਾ, ਐਲੀਮੈਂਟ ਅਤੇ ਸਿੱਧੂ ਮੂਸੇਵਾਲਾ ਸਾਰੇ ਇੱਕ ਹੀ ਗਰੁੱਪ ਵਿੱਚ ਕੰਮ ਕਰਨ ਲੱਗੇ। ਇਹਨਾਂ ਦੀ ਯਾਰੀਆਂ 'ਚ ਫਿੱਕ ਉਦੋਂ ਪੈ ਜਦੋਂ ਐਲੀਮੈਂਟ ਦੀ ਕਰਨ ਔਜਲਾ ਅਤੇ ਦੀਪ ਜੰਡੂ ਦੇ ਨਾਲ ਲੜਾਈ ਹੋਈ ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦੇ 11 ਗਾਣੇ ਲੀਕ ਹੋਏ, ਕਿਉਂਕਿ ਸਿੱਧੂ ਮੂਸੇਵਾਲੇ ਨੂੰ ਕਰਨ ਔਜਲਾ ਅਤੇ ਦੀਪ ਜੰਡੂ ਦੇ ਨਾਲ ਐਲੀਮੈਂਟ ਨੇ ਹੀ ਮਿਲਾਇਆ ਸੀ। ਇਸ ਗੱਲ ਤੋਂ ਹੀ ਸਿੱਧੂ ਮੂਸੇਵਾਲੇ ਨੇ ਕਰਨ ਔਜਲਾ ਅਤੇ ਦੀਪ ਜੰਡੂ ਤੋਂ ਦੂਰੀ ਬਣਾ ਲਈ। ਇਸ ਤੋਂ ਬਾਅਦ ਹੀ ਸਿੱਧੂ ਮੂਸੇਵਾਲੇ ਨੇ ਸੋ ਹਾਈ ਗੀਤ ਕੀਤਾ ਜੋ ਕਿ ਕਾਫ਼ੀ ਜ਼ਿਆਦਾ ਸੁਪਰਹਿੱਟ ਰਿਹਾ। ਇਹਨਾਂ ਦੀ ਆਪਸ ਦੀ ਦੂਰੀ ਤੋਂ ਬਾਅਦ ਇਹਨਾਂ ਨੇ ਆਪਣੇ ਗਾਣੇ ਦੇ ਵਿੱਚ ਇੱਕ ਦੂਜੇ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਸਟਾਰਟਿੰਗ ਹੋਈ ਦੀਪ ਜੰਡੂ ਤੇ ਕਰਨ ਔਜਲਾ ਦੇ ਗਾਣੇ ਅਪ ਡਾਊਨ ਤੋਂ। ਓ ਯਾਰੀ ਚ ਗਿਦਾਰੀਆਂ ਤਾਂ ਕਰਦੇ ਆ ਥੱਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਜਿੰਨੀ ਛੇਤੀ ਉੱਤੇ ਉਨੀ ਛੇਤੀ ਥੱਲੇ, ਲੋਕਾਂ ਦੇ ਸਿਰਾਂ ਤੇ ਦੱਸ ਕਾਹਦੀ ਬੱਲੇ ਬੱਲੇ। ਤੇ ਇਹਨਾਂ ਨੇ ਆਪਣੇ ਗਾਣਿਆਂ ਦੇ ਵਿੱਚ ਇੱਕ ਦੂਜੇ ਨੂੰ ਰਿਪਲਾਈ ਕੀਤਾ। ਇਸ ਤੋਂ ਬਾਅਦ ਹੀ ਕਰਨ ਔਜਲਾ ਦਾ ਇੱਕ ਹੋਰ ਗੀਤ ਆਇਆ ਲਿਫਾਫੇ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਗਿਆ। ਇਸ ਤੋਂ ਬਾਅਦ ਹੀ ਸਿੱਧੂ ਮੂਸੇ ਨੇ ਆਪਣੇ ਗਾਣੇ ਵਾਰਨਿੰਗ ਸ਼ਾਟ ਦੇ ਵਿੱਚ ਇਹਨਾਂ ਨੂੰ ਜਵਾਬ ਦਿੱਤਾ। ਇਸ ਗੀਤ ਤੋਂ ਬਾਅਦ ਹੀ ਦੋਨੇ ਸਿੰਗਰ ਕਾਫੀ ਚਰਚਾ ਦੇ ਵਿੱਚ ਆ ਗਏ। ਤੁਸੀਂ ਕਿਸ ਸਿੰਗਰ ਨੂੰ ਪਸੰਦ ਕਰਦੇ ਹੋ, ਕਰਨ ਔਜਲਾ ਜਾਂ ਸਿੱਧੂ ਮੂਸੇਵਾਲਾ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਤੇ ਅੱਜ ਲਈ ਇੰਨਾ ਹੀ ਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਜਲਦੀ ਹੀ। ਤੇ ਜਿਨ੍ਹਾਂ ਨੇ ਸਾਡਾ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ YouTube ਦੀ ਫੈਮਿਲੀ ਹੋ ਸਕੇ ਹੋਰ ਵੱਡੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਬਾ ਦਿਓ ਬੈਲ ਦਾ ਆਈਕਾਨ।